ਕਿਉਂਕਿ ਇਸ ਰੋਡ ਦੇ ਉੱਤੇ ਹੀ ਜਿਹੜਾ ਵਾ ਬੱਸ ਹਾਦਸਾ ਹੋਇਆ ਵਾ ਔਰ ਟ੍ਰੈਫਿਕ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਔਰ ਕਿਹਾ ਜਾ ਰਿਹਾ ਕਿ ਇਸੀ ਇਹਨਾਂ ਪੱਖੋਂ ਹੀ ਇਸ ਬੱਸ ਦਾ ਜਿਹੜਾ ਵਾ ਕੁਝ ਦਿਨ ਪਹਿਲਾਂ ਚਲਾਨ ਕੱਟਿਆ ਗਿਆ ਸੀ ਉਹਨਾਂ ਨਾਲ ਅਸੀਂ ਗੱਲ ਕਰਦੇ ਸਰ ਇਹ ਜਿਹੜਾ ਰੂਟ ਜਿਹੜਾ ਡਿਵਰਟ ਕੀਤਾ ਗਿਆ ਕੱਲ੍ਹ ਹੀ ਕੀਤਾ ਗਿਆ ਔਰ ਕੀ ਕਾਰਨ ਕੀ ਆ ਸਰ ਬੱਸ ਦਾ ਐਕਸੀਡੈਂਟ ਹੋਇਆ ਜੀ ਅੱਛਾ ਜੀ ਸਕੂਲ ਬੱਸ ਦਾ ਅਤੇ ਇਹਨਾਂ ਦਾ ਥੋੜ੍ਹੇ ਦਿਨ ਪਹਿਲਾਂ ਓਵਰ ਸਪੀਡ ਦਾ ਚਲਾਨ ਵੀ ਭਰਿਆ ਜੀ ਠੀਕ ਹੈ ਸਰ ਤੁਸੀਂ ਇਸੀ ਬੱਸ ਇਸ ਬੱਸ ਨੂੰ ਰੋਕਿਆ ਸੀਗਾ ਅਤੇ ਉਸ ਵੇਲੇ ਕੀ ਕੰਡੀਸ਼ਨ ਸੀ ਬੱਸ ਦੀ ਤੁਸੀਂ ਖੁਦ ਚੈੱਕ ਕੀਤੀ ਹੈ ਔਰ ਉਸ ਬੱਸ ਦਾ ਜਿਹੜਾ ਚਲਾਨ ਕੱਟਿਆ ਸੀ ਉਹ 'ਚ ਕਿਹੜੇ ਕਿਹੜੇ ਨੋਰਮਸ ਭਰੇ ਸੀਗੇ ਤੁਸੀਂ ਉਹਦੇ 'ਚ ਸਰ ਇੱਕ ਤਾਂ ਇੰਸ਼ੋਰੈਂਸ ਸੀਗੀ ਪ੍ਰਦੂਸ਼ਣ ਸੀਗਾ ਇੱਕ ਓਵਰ ਸਪੀਡ ਸੀਗੀ ਬੱਚੇ ਸੀਗੇ ਗਰਮੀ ਸੀ ਇਸ ਕਰਕੇ ਬੱਸ ਨੂੰ ਇਹ ਰਿਲੀਵ ਕਰਤਾ ਸੀਗਾ ਆਰ ਸੀ 'ਤੇ ਹੀ ਚਲਾਨ ਭਰਤਾ ਸੀ ਠੀਕ ਹੈ ਅਤੇ ਉਸ ਵੇਲੇ ਕੀ ਡਰਾਈਵਰ ਕੁਛ ਨਸ਼ੇੜੀ ਹਾਲਤ 'ਚ ਲੱਗਦਾ ਸੀਗਾ ਕਿਉਂਕਿ ਕਿਹਾ ਜਾ ਰਿਹਾ ਵਾ ਕਿ ਜਿਹੜਾ ਡਰਾਈਵਰ ਹੈਗਾ ਉਹ ਨਸ਼ਾ ਕਰਦਾ ਵਾ ਨਹੀਂ ਸਰ ਉਸ ਟਾਈਮ ਨਹੀਂ ਸੀ ਠੀਕ ਹੈ ਹਾਂਜੀ ਅਤੇ ਅਮੂਮਨ ਕਿੰਨੀਆਂ ਕੁ ਬੱਸਾਂ ਇਹੋ ਜਿਹੀਆਂ ਇੱਥੇ ਜਗਰਾਓਂ 'ਚ ਚੱਲਦੀਆਂ ਨੇ ਜਿਨ੍ਹਾਂ ਦਾ ਤੁਸੀਂ ਚਲਾਨ ਕੱਟ ਚੁੱਕੇ ਹੋ ਔਰ ਇੱਦਾਂ ਦੀ ਖਸਤਾ ਹਾਲਤ 'ਚ ਕੀ ਉਹ ਬੱਸ ਖਸਤਾ ਹਾਲਤ 'ਚ ਸੀਗੀ ਸਰ ਠੀਕ ਸੀਗੀ ਬਾਕੀ ਅਸੀਂ ਜਿਹੜਾ ਕੁਛ ਨਹੀਂ ਸੀਗਾ ਉਹਦਾ ਚਲਾਨ ਭਰਤਾ ਬੱਚਿਆਂ ਕਰਕੇ ਬੱਚੇ ਵਿੱਚ ਗਰਮੀ 'ਤੇ ਬੈਠੇ ਸੀ ਇਸ ਕਰਕੇ ਉਹਨੂੰ ਰਿਲੀਵ ਕਰਤਾ ਬਾਕੀ ਠੀਕ ਸੀਗੀ ਹਾਲਤ ਕਹਿ ਸਕਦੇ ਹਾਂ ਮੈਂ ਕਿ ਟੈਕਨੀਕਲ ਤੁਹਾਨੂੰ ਨਾ ਪਤਾ ਹੋਣ ਦੇ ਕਰਕੇ ਤੁਸੀਂ ਉਸ ਦਾ ਖਸਤਾ ਹਾਲਤ ਚੈੱਕ ਨਹੀਂ ਕਰ ਪਾਏ ਨਹੀਂ ਸਰ ਐਂ ਤਾਂ ਫਿਟਨੈਸ ਵਗੈਰਾ ਸਾਰਾ ਕੁਝ ਚੈੱਕ ਕਰੀਦੀ ਹੈ ਜੈ ਤਾਂ ਨਹੀਂ ਪਤਾ ਨਹੀਂ ਹੈਗਾ ਚੈੱਕ ਕਰੀ ਦੀ ਠੀਕ ਹੈ ਬਾਕੀ ਸਰ ਉਹ ਜੋ ਸਾਈਡ ਤੇ ਗ੍ਰਿਲ ਵਗੈਰਾ ਲੱਗੀ ਆ ਠੀਕ ਹੈ ਹਾਂ ਬਾਕੀ ਸਾਰਾ ਕੁਝ ਚੈੱਕ ਕੀਤਾ ਜੀ ਚਲੋ ਤੁਹਾਨੂੰ ਕੀ ਲੱਗਦਾ ਕਿ ਇਸ ਦਾ ਬੱਸ ਦਾ ਕਾਰਨ ਕੀ ਹੋ ਸਕਦਾ ਐਕਸੀਡੈਂਟ ਦਾ ਤੁਸੀਂ ਵੀ ਦੇਖਿਆ ਹੋਊਗਾ ਮੌਕੇ ਦੇ ਉੱਤੇ ਬੱਸ ਦੀ ਕੰਡੀਸ਼ਨ ਵੀ ਦੇਖੀ ਹੋਊਗੀ ਹੁਣ ਸਰ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਹੋ ਸਕਦਾ ਓਵਰ ਸਪੀਡ ਹੋਵੇ ਬਾਕੀ ਕੁਛ ਵੀ ਹੋ ਸਕਦਾ ਹਰ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਬੱਸ ਦਾ ਚਲਾਨ ਕੱਟਿਆ ਸੀਗਾ ਔਰ ਉਸ ਵੇਲੇ ਵੀ ਓਵਰ ਸਪੀਡ ਦਾ ਚਲਾਨ ਕੱਟਿਆ ਗਿਆ ਸੀ ਆਰ ਸੀ ਨਹੀਂ ਸੀਗੀ ਉਸਦੇ ਕੋਲ ਪੋਲਿਊਸ਼ਨ ਜਿਹੜਾ ਵਾ ਉਹ ਬੱਸ ਬਹੁਤ ਜ਼ਿਆਦਾ ਛੱਡ ਰਹੀ ਸੀ ਅਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬੱਸ ਦੀ ਹਾਲਤ ਕਿਸ ਕਦਰ ਹੋਊਗੀ ਖਸਤਾ ਹਾਲਤ ਦੇ ਵਿੱਚ ਕਿਹਾ ਜਾ ਰਿਹਾ ਸੀ ਅਤੇ ਉਹ ਖਸਤਾ ਹਾਲਤ ਕਿਤੇ ਨਾ ਕਿਤੇ ਇਸ ਚਲਾਨ ਤੋਂ ਹੀ ਪੁਸ਼ਟੀ ਹੁੰਦੀ ਆ ਔਰ ਇਸ ਕਰਕੇ ਹੀ ਕਿਤੇ ਨਾ ਕਿਤੇ ਜੇਕਰ ਕਿਹਾ ਜਾ ਸਕਦਾ ਵਾ ਕਿ ਅਗਰ ਪ੍ਰਸ਼ਾਸਨ ਇਸ ਦੇ ਉੱਤੇ ਬਣਦੀ ਕਾਰਵਾਈ ਕਰਦਾ ਸਮੇਂ ਰਹਿੰਦੇ ਤਾਂ ਸ਼ਾਇਦ ਇਹ ਹਾਦਸਾ ਟਲ ਸਕਦਾ ਸੀਗਾ ਲੁਧਿਆਣਾ ਤੋਂ ਰੋਹਿਤ ਗੋਟ ਨਿਊਜ਼ 18 ਕਿਉਂਕਿ ਇਸ ਰੋਡ ਦੇ ਉੱਤੇ ਹੀ ਜਿਹੜਾ ਵਾ ਬੱਸ ਹਾਦਸਾ ਹੋਇਆ ਵਾ ਔਰ ਟ੍ਰੈਫਿਕ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਔਰ ਕਿਹਾ ਜਾ ਰਿਹਾ ਕਿ ਇਸੀ ਇਹਨਾਂ ਪੱਖੋਂ ਹੀ ਇਸ ਬੱਸ ਦਾ ਜਿਹੜਾ ਵਾ ਕੁਝ ਦਿਨ ਪਹਿਲਾਂ ਚਲਾਨ ਕੱਟਿਆ ਗਿਆ ਸੀ ਉਹਨਾਂ ਨਾਲ ਅਸੀਂ ਗੱਲ ਕਰਦੇ ਸਰ ਇਹ ਜਿਹੜਾ ਰੂਟ ਜਿਹੜਾ ਡਿਵਰਟ ਕੀਤਾ ਗਿਆ ਕੱਲ੍ਹ ਹੀ ਕੀਤਾ ਗਿਆ ਔਰ ਕੀ ਕਾਰਨ ਕੀ ਆ ਸਰ ਬੱਸ ਦਾ ਐਕਸੀਡੈਂਟ ਹੋਇਆ ਜੀ ਅੱਛਾ ਜੀ ਸਕੂਲ ਬੱਸ ਦਾ ਅਤੇ ਇਹਨਾਂ ਦਾ ਥੋੜ੍ਹੇ ਦਿਨ ਪਹਿਲਾਂ ਓਵਰ ਸਪੀਡ ਦਾ ਚਲਾਨ ਵੀ ਭਰਿਆ ਜੀ ਠੀਕ ਹੈ ਸਰ ਤੁਸੀਂ ਇਸੀ ਬੱਸ ਇਸ ਬੱਸ ਨੂੰ ਰੋਕਿਆ ਸੀਗਾ ਅਤੇ ਉਸ ਵੇਲੇ ਕੀ ਕੰਡੀਸ਼ਨ ਸੀ ਬੱਸ ਦੀ ਤੁਸੀਂ ਖੁਦ ਚੈੱਕ ਕੀਤੀ ਹੈ ਔਰ ਉਸ ਬੱਸ ਦਾ ਜਿਹੜਾ ਚਲਾਨ ਕੱਟਿਆ ਸੀ ਉਹ 'ਚ ਕਿਹੜੇ ਕਿਹੜੇ ਨੋਰਮਸ ਭਰੇ ਸੀਗੇ ਤੁਸੀਂ ਉਹਦੇ 'ਚ ਸਰ ਇੱਕ ਤਾਂ ਇੰਸ਼ੋਰੈਂਸ ਸੀਗੀ ਪ੍ਰਦੂਸ਼ਣ ਸੀਗਾ ਇੱਕ ਓਵਰ ਸਪੀਡ ਸੀਗੀ ਬੱਚੇ ਸੀਗੇ ਗਰਮੀ ਸੀ ਇਸ ਕਰਕੇ ਬੱਸ ਨੂੰ ਇਹ ਰਿਲੀਵ ਕਰਤਾ ਸੀਗਾ ਆਰ ਸੀ 'ਤੇ ਹੀ ਚਲਾਨ ਭਰਤਾ ਸੀ ਠੀਕ ਹੈ ਹਾਂਜੀ ਅਤੇ ਉਸ ਵੇਲੇ ਕੀ ਡਰਾਈਵਰ ਕੁਛ ਨਸ਼ੇੜੀ ਹਾਲਤ 'ਚ ਲੱਗਦਾ ਸੀਗਾ ਕਿਉਂਕਿ ਕਿਹਾ ਜਾ ਰਿਹਾ ਵਾ ਕਿ ਜਿਹੜਾ ਡਰਾਈਵਰ ਹੈਗਾ ਉਹ ਨਸ਼ਾ ਕਰਦਾ ਵਾ ਨਹੀਂ ਸਰ ਉਸ ਟਾਈਮ ਨਹੀਂ ਸੀ ਠੀਕ ਹੈ ਹਾਂਜੀ ਅਤੇ ਅਮੂਮਨ ਕਿੰਨੀਆਂ ਕੁ ਬੱਸਾਂ ਇਹੋ ਜਿਹੀਆਂ ਇੱਥੇ ਜਗਰਾਓਂ 'ਚ ਚੱਲਦੀਆਂ ਨੇ ਜਿਨ੍ਹਾਂ ਦਾ ਤੁਸੀਂ ਚਲਾਨ ਕੱਟ ਚੁੱਕੇ ਹੋ ਔਰ ਇੱਦਾਂ ਦੀ ਖਸਤਾ ਹਾਲਤ 'ਚ ਕੀ ਉਹ ਬੱਸ ਖਸਤਾ ਹਾਲਤ 'ਚ ਸੀਗੀ ਸਰ ਠੀਕ ਸੀਗੀ ਬਾਕੀ ਅਸੀਂ ਜਿਹੜਾ ਕੁਛ ਨਹੀਂ ਸੀਗਾ ਉਹਦਾ ਚਲਾਨ ਭਰਤਾ ਬੱਚਿਆਂ ਕਰਕੇ ਬੱਚੇ ਵਿੱਚ ਗਰਮੀ 'ਤੇ ਬੈਠੇ ਸੀ ਇਸ ਕਰਕੇ ਉਹਨੂੰ ਰਿਲੀਵ ਕਰਤਾ ਬਾਕੀ ਠੀਕ ਸੀਗੀ ਹਾਲਤ ਕਹਿ ਸਕਦੇ ਹਾਂ ਮੈਂ ਕਿ ਟੈਕਨੀਕਲ ਤੁਹਾਨੂੰ ਨਾ ਪਤਾ ਹੋਣ ਦੇ ਕਰਕੇ ਤੁਸੀਂ ਉਸ ਦਾ ਖਸਤਾ ਹਾਲਤ ਚੈੱਕ ਨਹੀਂ ਕਰ ਪਾਏ ਨਹੀਂ ਸਰ ਐਂ ਤਾਂ ਫਿਟਨੈਸ ਵਗੈਰਾ ਸਾਰਾ ਕੁਝ ਚੈੱਕ ਕਰੀਦੀ ਹੈ ਹਾਂਜੀ ਜੈ ਤਾਂ ਨਹੀਂ ਪਤਾ ਨਹੀਂ ਹੈਗਾ ਚੈੱਕ ਕਰੀ ਦੀ ਠੀਕ ਹੈ ਬਾਕੀ ਸਰ ਉਹ ਜੋ ਸਾਈਡ 'ਤੇ ਗ੍ਰਿਲ ਵਗੈਰਾ ਲੱਗੀ ਆ
ਠੀਕ ਹੈ, ਹਾਂ ਬਾਕੀ ਸਾਰਾ ਕੁਝ ਚੈੱਕ ਕੀਤਾ ਸੀ। ਚਲੋ ਤੁਹਾਨੂੰ ਕੀ ਲੱਗਦਾ ਕਿ ਇਸਦਾ ਬੱਸ ਦਾ ਕਾਰਨ ਕੀ ਹੋ ਸਕਦਾ ਐਕਸੀਡੈਂਟ ਦਾ? ਤੁਸੀਂ ਵੀ ਦੇਖਿਆ ਹੋਊਗਾ ਮੌਕੇ ਦੇ ਉੱਤੇ, ਬੱਸ ਦੀ ਕੰਡੀਸ਼ਨ ਵੀ ਦੇਖੀ ਹੋਊਗੀ ਹੁਣ? ਸਰ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ, ਹੋ ਸਕਦਾ ਓਵਰ ਸਪੀਡ ਹੋਵੇ, ਬਾਕੀ ਕੁਛ ਵੀ ਹੋ ਸਕਦਾ, ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਬੱਸ ਦਾ ਚਲਾਨ ਕੱਟਿਆ ਸੀਗਾ, ਔਰ ਉਸ ਵੇਲੇ ਵੀ ਓਵਰ ਸਪੀਡ ਦਾ ਚਲਾਨ ਕੱਟਿਆ ਗਿਆ ਸੀ। RC ਨਹੀਂ ਸੀਗੀ ਉਸਦੇ ਕੋਲ, ਪੋਲਿਊਸ਼ਨ ਜਿਹੜਾ ਹੈ ਉਹ ਬੱਸ ਬਹੁਤ ਜ਼ਿਆਦਾ ਛੱਡ ਰਹੀ ਸੀ, ਅਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬੱਸ ਦੀ ਹਾਲਤ ਕਿਸ ਕਦਰ ਹੋਊਗੀ। ਖਸਤਾ ਹਾਲਤ ਦੇ ਵਿੱਚ ਕਿਹਾ ਜਾ ਰਿਹਾ ਸੀ, ਅਤੇ ਉਹ ਖਸਤਾ ਹਾਲਤ ਕਿਤੇ ਨਾ ਕਿਤੇ ਇਸ ਚਲਾਨ ਤੋਂ ਹੀ ਪੁਸ਼ਟੀ ਹੁੰਦੀ ਹੈ, ਔਰ ਇਸ ਕਰਕੇ ਹੀ ਕਿਤੇ ਨਾ ਕਿਤੇ ਜੇਕਰ ਕਿਹਾ ਜਾ ਸਕਦਾ ਵਾ ਕਿ ਅਗਰ ਪ੍ਰਸ਼ਾਸਨ ਇਸ ਦੇ ਉੱਤੇ ਬਣਦੀ ਕਾਰਵਾਈ ਕਰਦਾ ਸਮੇਂ ਰਹਿੰਦੇ ਤਾਂ ਸ਼ਾਇਦ ਇਹ ਹਾਸਾ ਟਲ ਸਕਦਾ ਸੀਗਾ। ਲੁਧਿਆਣਾ ਤੋਂ ਰੋਹਿਤ ਗੋਟ, ਨਿਊਜ਼ 18।